ਹੈਲੋ ਅਸਲਾਮੁਆਲੇਕ ਹਾਂਜੀ ਅੱਜ ਅਸੀਂ ਨਾ ਬਣਾਉਣ ਲੱਗਿਆ ਏ ਧੰਮ ਵਾਲਾ ਕੀਮਾ ਤੇ ਤੁਸੀਂ ਇਹ ਰੈਸਪੀ ਦੇਖਣੀ ਏ ਤੋਂ ਧੰਮ ਵਾਲਾ ਕੀਮਾ ਬਣਾਉਣ ਲੱਗਿਆ ਤੇ ਇਹਨੂੰ ਤੁਸੀਂ ਨਾ ਏ ਤੋਤਾ ਕੇ ਸੋਨਾ ਵੜਾ ਤੇ ਵਿੱਚ ਆਇਲ ਪਾ ਕੇ ਵਿੱਚ ਤੁਸੀਂ ਜੀਰਾ ਪਾ ਦੋ ਤੇ ਜੀਰਾ ਪਾ ਕੇ ਫਿਰ ਇਹਨੂੰ ਤੁਸੀਂ ਥੋੜੀ ਦੇਰ ਵਾਸਤੇ ਭੁੰਨਣਾ ਏ ਭੁੰਨ ਕੇ ਇਹਦਾ ਪਾਣੀ ਜਿਹੜਾ ਨਾ ਕੀਮੇ ਦਾ ਇਹ ਖੁਸ਼ਕ ਕਰਨਾ ਏ ਖੁਸ਼ਕ ਕਰਕੇ ਅੱਛੀ ਤਰ੍ਹਾਂ ਔਰ ਜੀਰਾ ਵਿੱਚ ਪਾਇਆ ਹੈ ਕਿ ਇਸ ਵਾਸਤੇ ਕਿ ਇਹਦੀ ਸਵੈਲ ਜਿਹੜੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਤੇ ਇਸ ਵਾਸਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਇਹ ਆਏ ਖਾ ਲੈ ਹੁਣ ਅਦਰਕ ਲਸਣ ਵਿੱਚ ਪਾਇਆ ਹੈ ਅਦਰਕ ਲਸਣ ਪਾ ਕੇ ਵਿੱਚ ਪਿਆਜ਼ ਇੱਕ ਪਾਇਆ ਹੈ ਮਸਾਲੇ ਪਾਣੇ ਨੇ ਕਾਲੀ ਮਿਰਚੀ ਐ ਹੁਣ ਪਾਈਏ ਹਲਦੀ ਫਿਰ ਇਹ ਨਾ ਅਮਨੇ ਨਮਕ ਡਾਲਿਆ ਤੇ ਥੋੜੀ ਸਾਰੀ ਅੱਧੀ ਕਿਸਾਰੀ ਮੈਗੀ ਡਾਲ ਲਈਏ ਇਸ ਵਾਸਤੇ ਜ਼ਾਇਕੇ ਵਾਸਤੇ ਲਾਲ ਮਿਰਚੀ ਪਾਊਡਰ ਲਾਲ ਮਿਰਚੀ ਪਾਊਡਰ ਔਰ ਇਹ ਵਿੱਚ ਗ੍ਰੈਂਡ ਕਰਕੇ ਅਸੀਂ ਇਹ ਇੱਕ ਟਮਾਟਰ ਉਹ ਹਰੀਆਂ ਮਿਰਚਾਂ ਇਹ ਵੀ ਪਾਈਆਂ ਨੇ ਔਰ ਪੁੰਨ ਕੇ ਜਾਦੇ ਦਾ ਪਾਣੀ ਅੱਛੀ ਤਰ੍ਹਾਂ ਖੁਸ਼ਕ ਹੋ ਜੇਗਾ ਨਾ ਤੇ ਫਿਰ ਤੁਸੀਂ ਇਹਨੂੰ ਪੁੰਦਿਆ ਜਾਣਾ ਜਦ ਤੱਕ ਇਹਦੇ ਉੱਤੇ ਆਇਲ ਨਹੀਂ ਆ ਜਾਂਦਾ ਇਹਨੂੰ ਤੁਸੀਂ ਪਾਣੀ ਵਿੱਚ ਨਜ਼ਰ ਨਾ ਆਵੇ जी अभी तो आज इधर पहला रमज़ान है तो अल्हम्दुलिल्लाह कल उधर भी होएगा पाकिस्तान में भी तो बहुत अच्छा गुजर रहा है ये तो अद्धा दिन गुज़रिया खैर कोई ऐसी बात नहीं मौसम भी अच्छा है तो अल्हम्दुलिल्लाह सब रोज़े अच्छे ही गुजरन गए थोड़े भी तो साढ़े भी तो चलो एक दिन का फर्क है कोई मसला नहीं हो तो पता है हर बार इंज ही हूँ तो इंशाल्लाह अच्छे गुजरन गए रोज़े सब दे ਤੇ ਸਾਰੇ ਰੱਖੋ ਰੋਜ਼ੇ ਤੇ ਬੜੀ ਅੱਛੀ ਗੱਲ ਏ ਬਾਕੀ ਤੁਹਾਨੂੰ ساری ਰੈਸਪੀ ਦੇ ਅਗਵੇਂ ਦੱਸਣੀ ਅਸੀਂ ਤੁਹਾਨੂੰ ਤੇ هەر ਕਿ ਮਹਿੰਦੀ ਤੇ ਕੋਈ ਅਸੀਂ ਗੱਲ ਨਹੀਂ ਏਡਾ ਕੱਚਾ ਤੇ ਨਹੀਂ ਰਹਿੰਦਾ ਇਸੇ ਮਸਾਲੇ ਦੇ ਵਿੱਚ ਉਹ ਪੱਕ ਜਾਏਗਾ ਤੇ ਜਦੋਂ ਮਸਾਲੇ ਦੇ ਵਿੱਚ ਪੱਕ ਜਾਏਗਾ ਤੇ ਫਿਰ ਤੁਸੀਂ ਇਹ ਹੁਣ ਤੁਸੀਂ ਕੋਲਾ ਜਿਹੜਾ ਨਾ ਇਹ ਰੱਖਣਾ 골ਡਨ ਹੋਣ ਲਈ ਅੱਗ ਦੇ ਉੱਤੇ ਚੁੱਲੇ ਦੇ ਉੱਤੇ ਰੱਖ ਦੋ ਤੇ ਇਸ ਤਰ੍ਹਾਂ ਪਿਆਜ਼ ਰੱਖੇ ਨੇ ਪਿਆਜ਼ ਵੀ ਕੱਟ ਕੇ ਤੇ ਰੱਖੀ ਦੇ ਨੇ ਇਹਨੂੰ ਦੰਮ ਵਾਲਾ ਕੀਮਾ ਕਹਿੰਦਾ ਐ ਫਿਲ ਪੇਪਰ ਰੱਖਿਆ ਨਾ ਤੇ ਇਹਦੇ ਉੱਤੇ ਥੋੜਾ ਜਿਹਾ ਤੁਸੀਂ ਆਇਲ ਪਾ ਦਿਓ ਤੇ ਫਿਰ ਉੱਤੇ ਟੱਕ ਦਿਓ ਫਿਰ ਇਹ ਦੰਮ ਵਾਲਾ ਕੀਮਾ ਬਣ ਜਾਂਦਾ ਠੀਕ ਹੈ ਫਿਰ ਤੁਸੀਂ ਦੇਖ ਲੈਣਾ ਇਹ ਅੱਛੀ ਖੁਸ਼ਬੂ ਹੋਏਗੀ ਕੀਮੇ ਦੀ ਠੀਕ ਹੈ ਚਲੋ ਅੱਲਾ ਹਾਫਿਜ਼ ਸਭ ਲੋਕ ਦੇਖਿਓ ਤੇ ਲਾਇਕ ਕਰਿਓ ਠੀਕ ਹੈ